ਹੁਣ ਤੁਸੀਂ ਦੇਖੋ ਪੰਜਾਬ ਦਾ ਹਰ ਅੰਦੋਲਨ ਇੱਕ ਦੂਜੇ ਨਾਲ ਰਿਲੇਟ ਕਰ ਰਿਹਾ ਹੈ ਜੇ ਵਿਦਿਆਰਥੀਆਂ ਦਾ ਮਸਲਾ ਹੈਗਾ ਪਿਆਬ ਯੂਨੀਵਰਸਿਟੀ ਉੱਥੇ ਵੀ ਕਿਸਾਨ ਆ ਰਹੇ ਨੇ ਲੋਕ ਇੱਕ ਪੈਰਲਲ ਗਵਰਨਮੈਂਟ ਦੀ ਤਰ੍ਹਾਂ ਦੇਖਦੇ ਆ ਕਿ ਸਾਡੇ ਇਸ਼ੂ ਇਹ ਹੱਲ ਕਰਨਗੇ ਜੀ ਜਿਸ ਵਾਰ ਦੀ ਗੱਲ ਕਰ ਲਈ ਜਾਵੇ ਤਾਂ ਸਥਾਨਕ ਮੁੱਦਿਆਂ ਤੇ ਫਿਰ ਤੋਂ ਕਿਸਾਨਾਂ ਨੇ ਧਰਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਨੇ ਗਿੰਨਾ ਕਾਸ਼ਟ ਕਰ ਜਣੇ ਨੇ ਧਰਨੇ ਤੇ ਬੈਠੇ ਹੋ ਨੇ ਇਹਨੂੰ ਕਿਵੇਂ ਦੇਖਿਆ ਜਾਏ ਦੇਖੋ ਸਥਾਨਕ ਮੁੱਦਿਆਂ ਤੇ ਪਹਿਲਾਂ ਵੀ ਲੜਦੇ ਸੀ ਕਿਸਾਨ ਪਰੇ ਨਾ ਆਰਗੇਨਾਈਜ਼ ਨਹੀਂ ਲੜਿਆ ਜਾਂਦਾ ਸੀ ਦੁਆਬੇ ਵਾਲਿਆਂ ਦੇ ਇਸ਼ੂ ਹੁੰਦੇ ਸੀ ਕਿਉਂ ਗੰਨਾ ਦੁਆਬੇ ਚ ਹੁੰਦਾ ਮਾਝੇ ਚ ਹੁੰਦਾ ਜ਼ਿਆਦਾ ਮਾਲਵੇ ਚ ਵੀ ਹੁੰਦਾ ਪਰ ਉਹਨਾਂ ਨਹੀਂ ਹੁੰਦਾ ਸਭ ਤੋਂ ਜ਼ਿਆਦਾ ਗੰਨਾ ਤੇ ਆਲੂ ਦੁਆਬੇ ਚ ਹੁੰਦੇ ਨੇ ਉੱਥੇ ਦੇ ਕਿਸਾਨ ਵਿਚਾਰੇ ਉੱਥੋਂ ਦੇ ਮੁੱਦੇ ਉਠਾ ਲੈਂਦੇ ਸੀ ਮਾਝੇ ਵਾਲੇ ਮਾਝੇ ਦੇ ਉਠਾ ਲੈਂਦੇ ਸੀ ਹੁਣ ਉਹ ਗੱਲ ਨਹੀਂ ਆ ਹੁਣ ਤੁਸੀਂ ਦੇਖੋ ਪੰਜਾਬ ਦਾ ਹਰ ਅੰਦੋਲਨ ਇੱਕ ਦੂਜੇ ਨਾਲ ਰਿਲੇਟ ਕਰ ਰਿਹਾ ਚਾਹੇ ਵਿਦਿਆਰਥੀਆਂ ਦਾ ਮਸਲਾ ਗਾ ਪਿਆਬ ਯੂਨੀਵਰਸਿਟੀ ਉੱਥੇ ਵੀ ਕਿਸਾਨ ਆ ਰਹੇ ਨੇ ਚਾਹੇ ਕਿਸੇ ਦੇ ਜੈਨੂਨ ਮਸਲੇ ਨੇ ਜਿਹੜੇ ਪਰਸਨਲ ਮਸਲੇ ਨਹੀਂ ਜੈਨੂਨ ਮਸਲੇ ਜਿਹ ਉਹਨਾਂ ਸਾਰੇ ਇਸ਼ੂਆਂ ਦੇ ਉੱਤੇ ਲੋਕ ਪਾਰਟਿਸਿਪੇਟ ਕਰ ਰਹੇ ਨੇ ਉਹਨਾਂ ਸਾਰੇ ਇਸ਼ੂਆਂ ਦੇ ਉੱਤੇ ਲੋਕ ਬੋਲ ਰਹੇ ਨੇ ਤੇ ਅਸੀਂ ਦੇਖ ਰਹੇ ਹਾਂ ਵੱਡੇ ਪੱਧਰ ਦੇ ਉੱਤੇ ਪਿਛਲੇ ਦਿਨਾਂ ਤੋਂ ਕਿਸਾਨਾਂ ਨੇ ਪਾਰਟਿਸਿਪੇਟ ਕੀਤਾ ਵੱਡੇ ਪੱਧਰ ਤੇ ਚ ਗੰਨਾ ਦਾ ਗੰਨੇ ਦਾ ਅੰਦੋਲਨ ਉਹ ਆਪਾਂ ਦੇਖਿਆ ਸਾਰਾ ਸੰਯੁਕਤ ਕਿਸਾਨ ਮੋਰਚਾ ਆਮ ਲੋਕਾਂ ਦੀ ਵੀ ਸਪੋਰਟ ਮਿਲ ਰਹੀ ਹੈ ਉਹਨਾਂ ਨੂੰ ਜੀ ਇਸੇ ਤਰੀਕੇ ਦੇ ਨਾਲ ਅਸੀਂ ਵੱਖ-ਵੱਖ ਥਾਵਾਂ ਤੇ ਬਾਕੀਆਂ ਤੇ ਦੇਖ ਰਹੇ ਹਾਂ ਆਮ ਲੋਕਾਂ ਦੀ ਸਪੋਰਟ ਮਿਲਣੀ ਤੇ ਕਿਸਾਨਾਂ ਦਾ ਹਰ ਆਮ ਬੰਦੇ ਨਾਲ ਕਨੈਕਟ ਕਰਨਾ ਇਸੇ ਕਰਕੇ ਮੈਂ ਕਹਣਾ ਕਿ ਇੱਕ ਪੈਰਲਲ ਸਰਕਾਰ ਦੀ ਤਰ੍ਹਾਂ ਹੋ ਗਿਆ ਕਿਸਾਨ ਅੰਦੋਲਨ ਲੋਕ ਇੱਕ ਪੈਰਲਲ ਗਵਰਨਮੈਂਟ ਦੀ ਤਰ੍ਹਾਂ ਦੇਖਦੇ ਆ ਕਿ ਸਾਡੇ ਇਸ਼ੂ ਇਹ ਹੱਲ ਕਰਨਗੇ ਸਾਡਾ ਹਰ ਮਸਲਾ ਇਹ ਸੁਧਾਰਨਗੇ ਜਿਵੇਂ ਸਰਕਾਰ ਤੋਂ ਲੋਕ ਉਮੀਦ ਕਰਦੇ ਹੁੰਦੇ ਆ ਨਾ ਕੈਪਟਨ ਤੋਂ ਉਮੀਦ ਕਰਦੇ ਕੈਪਟਨ ਇਹ ਕਰਨਗੇ ਹੁਣ ਲੋਕ ਕਿਸਾਨਾਂ ਵੱਲ ਦੇਖਦੇ ਆ ਕਿ ਕੋਈ ਇਸ਼ੂ ਆ ਗਿਆ ਕਿਸਾਨ ਲੜਨਗੇ ਮਸਲਾ ਹੱਲ ਕਰਾਉਣਗੇ ਇਸੇ ਕਰਕੇ ਗੰਨੇ ਵਾਲੇ ਤੇ ਪ੍ਰੈਸ਼ਰ ਬਹੁਤ ਆ ਸਰਕਾਰ ਤੇ ਹੱਲ ਕਰਨਾ ਪੈਣਾ ਉਹਨਾਂ ਨੂੰ ਸਾਰੇ ਰਾਜੇ ਵਾਲ ਤੋਂ ਲੈ ਕੇ तमाम ਵੱਡੇ ਲੀਡਰ ਉੱਥੇ ਪਹੁੰਚੇ ਤੇ ਸਾਰੀਆਂ ਗੱਲਾਂ ਵਾਤਾ ਆਪਣੇ ਆਪਣੇ ਰੂਪ ਚ ਹੋ ਰਹੀਆਂ ਨੇ ਪਰ ਇੱਕ ਗੱਲ ਜਿਹੜੀ ਸਭ ਤੋਂ ਸ਼ਾਨਦਾਰ ਗੱਲ ਹੈ ਪੰਜਾਬ ਦੇ ਅੰਦਰ ਹਰ ਸੰਘਰਸ਼ ਜਿਹੜਾ ਦੇਸ਼ਕ ਦਾ ਸੰਘਰਸ਼ ਆ ਪੰਜਾਬ ਹਿੱਤ ਦਾ ਸੰਘਰਸ਼ ਆ ਲੋਕਾਂ ਦੇ ਹਿੱਤ ਦਾ ਸੰਘਰਸ਼ ਆ ਉਹ ਹਰ ਸੰਘਰਸ਼ ਉਹ ਸਰ ਪ੍ਰੋ ਪੀਪਲ ਸੰਘਰਸ਼ ਸਾਰੇ ਲੋਕ ਆ ਕੇ ਜੁਟਦੇ ਨੇ ਪਹਿਲਾਂ ਇਹ ਨਹੀਂ ਹੁੰਦਾ ਸੀ ਘੱਟ ਸੀਗਾ ਹੁਣ ਇੱਕ ਦੂਜੇ ਨਾਲ ਰਿਲੇਟ ਕਰਦੇ ਨੇ ਇੱਕ ਦੂਜੇ ਦਾ ਦੁੱਖ ਦਰਦ ਸਾਰੇ ਸਮਝਦੇ ਨੇ ਇੱਕ ਦੂਜੇ ਦੀ ਕਹਿੰਦੇ ਨੇ ਬੰਦੇ ਹੀ ਬੰਦੇ ਦੀ دارو ਹੁੰਦਾ ਤਾਂ ਬੰਦੇ ਹੀ ਬੰਦੇ ਦੀ دارو ਬਣਦਾ ਸਭ ਤੋਂ ਵੱਡੀ دارو ਬੰਦਾ ਬੰਦੇ ਦੀ ਹੁੰਦਾ ਉਸੇ ਤਰੀਕੇ ਨਾਲ ਹਰ ਇੱਕ ਦੂਜੇ ਦੇ ਦੁੱਖ ਸੁੱਖ ਸ਼ਾਮਲ ਹੋ ਕੇ ਵਧੀਆ ਤਰੀਕੇ ਨਾਲ ਆਰਗੇਨਾਈਜ਼ ਹੋ ਕੇ ਕਿਸਾਨ ਸਰਕਾਰ ਅੱਗੇ ਵੀ ਮੰਗਾਂ ਰੱਖ ਰਹੇ ਨੇ ਔਰ ਕਿਸਾਨ ਜਿਹੜੇ ਪੰਜਾਬ ਦੇ ਇਸ਼ੂ ਨੇ ਚਾਹੀਦਾ ਵੀ ਹੈਗਾ ਜਦੋਂ ਕੋਈ ਸੋਸ਼ਲ ਮੂਵਮੈਂਟ ਹੁੰਦੀ ਹੈ ਇਸ ਤਰ੍ਹਾਂ ਜਿਵੇਂ ਕਿਸਾਨਾਂ ਦੀ ਮੂਵਮੈਂਟ ਹੋਈ ਹੈ ਉਦੋਂ ਚਾਹੀਦਾ ਹੁੰਦਾ ਕਿ ਜਿਹੜੇ ਬਾਕੀ ਸਮਾਜ ਦੇ ਇਸ਼ੂ ਨੇ ਉਹਨਾਂ ਨੂੰ ਵੀ ਡਰੈਸ ਕਰੋ ਉਹਨਾਂ ਨਾਲ ਅੰਗੇਜ ਕਰੋ ਉਹੀ ਇਸ਼ੂ ਨਹੀਂ ਜੋ ਸਿਰਫ ਕਿਸਾਨਾਂ ਦੇ ਇਸ਼ੂ ਨੇ ਕਿਸਾਨਾਂ ਦੇ ਇਸ਼ੂਆਂ ਤੋਂ ਬਿਨਾ ਜਿਹੜੇ ਬਾਕੀ ਇਸ਼ੂ ਨੇ ਉਹਨਾਂ ਨਾਲ ਆਪਣਾ ਅੰਗੇਜਮੈਂਟ ਵਧਾਓ ਤਾਂ ਹੀ ਤੁਹਾਨੂੰ ਸੋਸਾਇਟੀ ਦੀ ਅੰਡਰਸਟੈਂਡਿੰਗ ਹੋਊਗੀ ਤਾਂ ਹੀ ਤੁਸੀਂ ਜੇ ਕਿਸਾਨ ਅੰਦੋਲਨੋਂ ਉੱਥੇ ਜਿੱਤ ਕੇ ਆ ਜਾਨੇ ਹੋ ਉਸ ਤੋਂ ਬਾਅਦ ਵੀ ਤੁਹਾਨੂੰ ਬਾਕੀ ਇਸ਼ੂ ਪਤਾ ਹੋਣਗੇ ਜਿਨ੍ਹਾਂ ਦੇ ਉੱਤੇ ਬਿਹਤਰ ਤਰੀਕੇ ਨਾਲ ਗੱਲ ਹੋ ਕੇ ਪੰਜਾਬ ਬਿਹਤਰ ਹੋਏਗਾ ਦੇਸ਼ ਬਿਹਤਰ ਹੋਏਗਾ ਸਾਡਾ ਸਮਾਜ ਬਿਹਤਰ ਹੋਏਗਾ